ਨੌਵਲ ਉਰੁਲੇ ਦੀ ਜੂਨ ਚੈਪਟਰ 28 ਸੋਮਵਾਰ ਸਵੇਰੇ ਉੱਠ ਕੇ ਲਾਲੀ ਨੇ ਦੀਪੇ ਦਾ ਲੰਚ ਪਾਇਆ ਤੇ ਉਹਨੂੰ ਕੰਮ ਤੇ ਤੋਰਿਆ ਇਸ ਵਿੱਚ ਉਹ ਨਾਉਣ ਲਈ ਬਾਥਰੂਮ 'ਚ ਵੜ ਗਈ ਜਦੋਂ ਨਹਾ ਕੇ ਕੱਪੜੇ ਪਾ ਰਹੀ ਸੀ ਤਾਂ ਬਾਹਰ ਘਰ ਵਾਲਾ ਫੋਨ ਖੜ ਗਿਆ ਲਾਲੀ ਨੂੰ ਪਤਾ ਸੀ ਕਿ ਮਾਂ ਪਾਠ ਕਰ ਰਹੀ ਹੈ ਉਹ ਕਾਲੀ ਨਾਲ ਬਾਹਰ ਨਿਕਲੀ ਪਰ ਉਦੋਂ ਤੱਕ ਮਾਂ ਨੇ ਫੋਨ ਚੱਕ ਲਿਆ ਲਾਲੀ ਉਹਦੇ ਨੇੜੇ ਖੜ ਕੇ ਆਪਣਾ ਸਿਰ ਵਾਉਣ ਲੱਗ ਪਈ ਉਹਨੇ ਮਾਂ ਦੇ ਵਾਰਤਾਲਾਪ ਤੋਂ ਅੰਦਾਜ਼ਾ ਲਾ ਲਿਆ ਕਿ ਇੰਡੀਆ ਤੋਂ ਨਿੰਮੀ ਦਾ ਫੋਨ ਹੈ ਅਚਾਨਕ ਮਾਂ ਦੇ ਬੋਲ ਉੱਬਲਣ ਲੱਗ ਪਏ ਉਹਦੇ ਜੋ ਬੋਲ ਲਾਲੀ ਦੇ ਕੰਨੀ ਪਏ ਉਹ ਇੰਜ ਸੀ ਨਹੀਂ ਦਫਾ ਹੋਣੀ ਹੈ ਕੀ ਬਕਨ ਰਹੀ ਐ ਤੂੰ ਤਰ ਫਿੱਟੇ ਮੂੰ ਤੇਰਾ ਕੁੜੇ ਤੈਨੂੰ ਸ਼ਰਮ ਨਾ ਆਈ ਕਿਦਾ ਇਹ ਹੈ ਹਾ ਨੀਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਨਹੀਂ ਕੱਲ ਜੋਗਣੇ ਤੂੰ ਜੰਮਦੀ ਕਿਉਂ ਨਾ ਮਰ ਗਈ ਸਾਡੇ ਸਿਆਣਿਆਂ ਬਿਆਣਿਆਂ ਦੇ ਸਿਰ ਖੇ ਪਵਾਉਣ ਲੱਗੇ ਜਦ ਦਫਾ ਹੋ ਕੇ ਸੇ ਡਾਕਟਰ ਕੋਲ ਪਿੱਛਾ ਛੁਡਾਇਸ ਕੋਲ ਵੀਜ਼ਾ ਪਵੇ ਟੱਠੇ ਖੂਚ ਆਪਣੀ ਭੈਣ ਦਾ ਘਰ ਪੱਟਣ ਲੱਗੀ ਆ ਨੀਓ ਨੇ ਤੈਨੂੰ ਭੈਣ ਜਾਣ ਕੇ ਤੇਰਾ ਇੰਨਾ ਕੀਤਾ ਤੇ ਨਾ ਹੋਣੀਏ ਤੂੰ ਆਮੁੱਲ ਪਾਇਆ ਸ਼ਰਮ ਦਾ ਘਾਟਾ ਤੈਨੂੰ ਇਹੋ ਜੇ ਨੂੰ ਇਹ ਕਹਿੰਦੇ ਆ ਪ੍ਰਕਾਸ਼ ਕੌਰ ਦਾ ਪਾਰਾ 7ਵੇਂ ਅਸਮਾਨ ਤੇ ਜਾ ਪੜਿਆ वार्तालाप ਦਾ ਆਪਣੀ ਮਾਂ ਵਾਲਾ ਹਿੱਸਾ ਸੁਣ ਕੇ ਲਾਲੀ ਨੂੰ ਲੱਗਾ ਕਿ ਨਿੰਮੀ ਨੇ ਕੁਝ ਇਹੋ ਜਿਹਾ ਕਿਹਾ ਜਿਸ ਨਾਲ ਮਾਂ ਪੜ ਗਈ ਹੈ ਉਹ ਦੂਹ ਦੂ ਆਪਣਾ ਜੂੜਾ ਕਰਦੇ ਆ ਪੁੱਛਣ ਲੱਗੀ ਮੰਮੀ ਕੀ ਗੱਲ ਹੋਈ ਫੋਨ ਤੇ ਦੀਦੀ ਆ ਪਹਿਲਾਂ ਆਹੋ ਨਵਾਂ ਚੰਦ ਚੜਾ ਕੇ ਬੈਠੀ ਆ ਤੁਸੀਂ ਵੀ ਐਵੇਂ ਕੁਜਾਤ ਦਾ ਭਲਾ ਕਰਨ ਤੁਰ ਪਏ ਇਹੋ ਜੀਆਂ ਚੰਦਰੀਆਂ ਨਾਪ ਚੈਨਲ ਰਹਿੰਦੀਆਂ ਨਾ ਕਿਸੇ ਨੂੰ ਰਹਿਣ ਦਿੰਦੀਆਂ ਪ੍ਰਕਾਸ਼ कौर ਆਪਣੀ ਧੁੰ ਚ ਬੋਲੀ ਜਾ ਰਹੀ ਸੀ ਕਿ ਇੰਨੇ ਨੂੰ ਲਾਲੀ ਨੇ ਗਾਂ ਹੋ ਕੇ ਉਸ ਕੋਲੋਂ ਫੋਨ ਆਫ ਫੜ ਲਿਆ ਤੇ ਕੰਨ ਨੂੰ ਲਾ ਕੇ ਕਾਲੀ ਨਾਲ ਪੁੱਛਣ ਲੱਗੀ ਹੈਲੋ ਦੀਦੀ ਕੀ ਗੱਲ ਹੋਈ ਮੰਮੀ ਨੂੰ ਕੀ ਕਿਹਾ ਤੁਸੀਂ ਲਾਲੀ ਦੀ ਆਵਾਜ਼ ਸੁਣ ਕੇ ਨਿਮੀ ਨੂੰ ਸੱਪ ਸੌਂ ਗਿਆ ਉਹਦੀ ਆਵਾਜ਼ ਗਲ ਚ اٹਕ ਗਈ ਲਾਲੀ ਫੋਨ ਤੇ ਹੈਲੋ ਹੈਲੋ ਦੀਦੀ ਤੁਸੀਂ ਬੋਲਦੇ ਕਿਉਂ ਨਹੀਂ ਆਖੀ ਜਾ ਰਹੀ ਇਸ ਤੋਂ ਪਹਿਲਾਂ ਕਿ ਨਿਮੀ ਕੋਈ ਜਵਾਬ ਦਿੰਦੀ ਨੇੜੇ ਬੈਠੀ ਪ੍ਰਕਾਸ਼ ਕੌਰ ਚੀਕ ਕੇ ਕਹਿਣ ਲੱਗੀ ਇਹ ਨੇ ਹੁਣ ਸਵਾ ਤੇ ਖੇ ਬੋਲਣਾ ਢਿੱਡ ਚ ਨਿਆਣਾ ਲਈ ਫਿਰਦੀ ਆ ਅਖੇ ਦੀਪੇ ਦਾ ਆ ਸਾਨੂੰ ਤਾਂ ਜੀਉਂਦਿਆਂ ਨੂੰ ਮਾਰ ਸੁੱਟਿਆ ਇਸ ਕੁੜੀ ਨੇ ਮਾਂ ਦੇ ਮੂੰਹੋਂ ਇੰਨਾ ਸੁਣ ਕੇ ਲਾਲੀ ਸੁੰਨ ਹੋ ਗਈ ਉਹਦੇ ਕੰਨਾਂ 'ਚ ਸੀਟੀਆਂ ਜੀਆਂ ਵੱਜਣ ਲੱਗ ਪਈਆਂ ਅੱਖਾਂ ਮੋੜੇ ਧਰਤੀ ਘੁੰਮਣ ਲੱਗ ਪਈਆਂ ਇੱਧਰ ਫੋਨ ਤੇ ਨਿੰਮੀ ਦੀ ਆਵਾਜ਼ ਆਈ ਜਾ ਰਹੀ ਸੀ ਲਾਲੀ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਿਆਂ ਸਾਰਾ ਕੁਝ ਪਰ ਤਦ ਤੱਕ ਲਾਲੀ ਦੇ ਹੱਥੋਂ ਫੋਨ ਡਿੱਗ ਪਿਆ ਉਹ ਕੰਧ ਦਾ ਸਹਾਰਾ ਲੈ ਕੇ ਮਸੀਹ ਸੋਫੇ ਤੱਕ ਪਹੁੰਚੀ ਮਾਂ ਨੇ ਉੱਠ ਕੇ ਉਹਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ ਤੇ ਬੋਲੀ ਨਾ ਮੇਰੀ ਬੀਬੀ ਤੀ ਰੁਹੀ ਨਾ ਮੇਰਾ ਪੁੱਤ ਆਪਾ ਕਰਦਿਆਂ ਕੁਝ ਇਸ ਚੰਦਰੀ ਔਲਾਦ ਨੇ ਲਹੂ ਪੀਣਾ ਲਿਆ ਸਾਡਾ ਆਪਣੀ ਮਾਂ ਦੇ ਗਲ ਨਾਲ ਲੱਗੀ ਲਾਲੀ ਦੀਆਂ ਤਾਂਹਾਂ ਨਿਕਲ ਗਈਆਂ ਉੱਚੀ ਉੱਚੀ ਰੋਂਦਿਆਂ ਉਹਨੇ ਉਹਦੇ ਮੂੰਹੋਂ ਨਿਕਲਿਆ ਮੰਮੀ ਮੈਂ ਲੁੱਟੀ ਗਈ ਬਰਬਾਦ ਹੋ ਗਈ ਮੇਰਾ ਘਰ ਉੱਜੜ ਜਾਣਾ ਨਾ ਮੇਰਾ ਪੁੱਤ ਤੇਰਾ ਘਰ ਕਿਉਂ ਉੱਜੜੂ ਤੇਰੇ ਨਾਲ ਅਸੀਂ ਖੜੇ ਆਂ ਰੱਬ ਤੇ ਭਰੋਸਾ ਰੱਖ ਮੇਰੇ ਬੱਚਿਆ ਤੂੰ ਕਿਸੇ ਦਾ ਮਾੜਾ ਨਹੀਂ ਕੀਤਾ ਰੱਬ ਨੇ ਤੇਰਾ ਵੀ ਮਾੜਾ ਨਹੀਂ ਹੋਣ ਦੇਣਾ ਮਾਂ ਨੇ ਲਾਲੀ ਦੀ ਪਿੱਠ ਥਾਪੜਦੇ ਆਂ ਧਰਵਾਸ ਤੇਣ ਵਾਲੀ ਕੋਈ ਕਸਰ ਨਾ ਛੱਡੀ ਕੁਛ ਰੱਪਣੀ ਮਾਂ ਦੇ ਗੱਲ ਲਾ ਕੇ ਦੁਸਕਣ ਮਗਰੋਂ ਲਾਲੀ ਉੱਠ ਕੇ ਆਪਣੇ ਬੈੱਡਰੂਮ ਚ ਚਲੀ ਗਈ ਉਨੇ ਆਪਣੇ ਕੰਮ ਵਾਲਿਆਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਉਹ ਅੱਜ ਠੀਕ ਨਹੀਂ ਇਸ ਲਈ ਕੰਮ ਤੇ ਨਹੀਂ ਆ ਸਕੇਗੀ। ਪ੍ਰੇਮ ਸਿੰਘ ਰੋਜ਼ 10:30 ਵਜੇ ਕੰਮ ਤੇ ਜਾਂਦਾ ਸੀ ਇਸ ਲਈ ਅਕਸਰ 8:30 ਤੋਂ ਬਾਅਦ ਮੰਝਾ ਛੱਡਦਾ। ਪ੍ਰਕਾਸ਼ ਕੌਰ ਨੇ ਅੰਦਰ ਜਾ ਕੇ ਪ੍ਰੇਮ ਸਿੰਘ ਨੂੰ ਜਗਾਇਆ ਤੇ ਉਹਨੂੰ ਸਾਰਾ ਕੋਤਾ ਕਿੱਸਾ ਸੁਣਾ ਦਿੱਤਾ। ਪ੍ਰੇਮ ਸਿੰਘ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਦੰਦ ਪੀਂਹਿਆ ਕਹਿਣ ਲੱਗਾ ਮੇਰਾ ਜੀ ਕਰਦਾ ਵੱਢ ਕੇ ਡੱਕਰੇ ਕਰ ਦਿਆਂ ਇਹੋ ਜੀ ਔਲਾਦ ਦੇ ਇਕ ਗਦੂਤ ਆਪੇ ਹੀ ਪ੍ਰੋਣੇ ਨੂੰ ਲੈ ਕੇ ਗਈ ਹਨੀਮੂਨ ਨੂੰ ਤੇ ਲਾਲੀ ਦੱਸਦੀ ਸੀ ਵੀ ਦੀਪਾ ਤਾਂ ਮੰਨਦਾ ਹੀ ਨਹੀਂ ਸੀ ਜਾਣ ਲਈ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਪਾਪਾਂ ਦੀ ਇਸ ਪੰਡ ਨੇ ਆਹੋ ਹੁਣ ਆਂਦੀ ਆ ਪਈ ਇਹਦੇ ਨਾਲ ਮੈਨੂੰ ਵੀਜ਼ਾ ਸੌਖਾ ਮਿਲ ਜਾਣਾ ਉਹਨੂੰ ਤਾਂ ਭੋਰਾ ਵੀ ਪਛਤਾਵਾ ਨਹੀਂ ਮੈਨੂੰ ਤਾਂ ਲਾਲੀ ਦਾ ਫਿਕਰ ਅੰਦਰ ਵੱੜ ਕੇ ਲੰਮੀ ਪੈ ਗਈ ਆ ਪ੍ਰਕਾਸ਼ ਕੌਰ ਨੇ ਹੌਕਾ ਜਿਹਾ ਲੈ ਕੇ ਗਿਆ ਇਸ ਮਗਰੋਂ ਪ੍ਰਕਾਸ਼ ਕੌਰ ਨੇ ਰਸੋਈ 'ਚ ਜਾ ਕੇ ਪ੍ਰੇਮ ਸਿੰਘ ਨੂੰ ਚਾਹ ਬਣਾ ਕੇ ਦਿੱਤੀ ਤੇ ਉਹਦਾ ਲੰਚ ਵੀ ਪਾ ਦਿੱਤਾ ਪ੍ਰੇਮ ਸਿੰਘ ਘਰੋਂ ਤੁਰਨ ਲੱਗਿਆ ਪ੍ਰਕਾਸ਼ ਕਰਨ ਨੂੰ ਕਹਿਣ ਲੱਗਾ ਪਤਾ ਨਹੀਂ ਇਸ ਟੈਨਸ਼ਨ ਨਾਲ ਕਿੱਦਾਂ ਦਿਹਾੜੀ ਲਾਹੂ ਇਹੋ ਜਿਹਾ ਦੁੱਖਣਾ ਬੰਦਾ ਕਿਸੇ ਨੂੰ ਦੱਸਣ ਜੋਗਾ ਵੀ ਨਹੀਂ ਤੂੰ ਲਾਲੀ ਦਾ ਖਿਆਲ ਰੱਖੀ ਕੁੜੀ ਕਿਤੇ ਦਿਲ ਤੇ ਲਾਲੇ ਕੁਝ ਊਚ ਨੀਚ ਨਾ ਕਰ ਲਵੇ ਨਾਲੇ ਮਸੀਤਾਂ ਰੱਬ ਨੇ ਇਹਨੂੰ ਬਾਲ ਬੱਚੇ ਦੀ ਆਸ ਬਖਸ਼ੀ ਐ ਇਸ ਹਾਲਤ 'ਚ ਬਹੁਤਾ ਸੋਚਣਾ ਚੰਗਾ ਨਹੀਂ ਆਪਾਂ ਸ਼ਾਮ ਨੂੰ ਆਕੇ ਸਲਾਹ ਕਰਦੇ ਹਾਂ ਕੋਈ ਦੁਪਹਿਰਾਂ ਹੋ ਗਿਆ ਸੀ ਪਰ ਲਾਲੀ ਨੇ ਇੱਕ ਪਾਣੀ ਦਾ ਘੁੱਟ ਵੀ ਮੂੰਹ 'ਚ ਨਾ ਪਾਇਆ ਕੰਬੜਾ ਲਾ ਕੇ ਅੰਦਰ ਪਈ ਰਹੀ ਪ੍ਰਕਾਸ਼ਕੌਰ ਨੇ 2-3 ਵਾਰ ਉਹਨੂੰ ਕੁਝ ਖਾਣ ਲਈ ਜ਼ੋਰ ਪਾਇਆ ਪਰ ਉਹ ਨਾ ਮੰਨੀ ਹਾਰ ਕੇ ਪ੍ਰਕਾਸ਼ਕੌਰ ਨੇ ਦੀਪੇ ਨੂੰ ਫੋਨ ਕਰ ਦਿੱਤਾ ਦੀਪੇ ਨੇ ਫੋਨ ਚੁੱਕਣ ਤੇ ਕਹਿਣ ਲੱਗੀ ਦੀਪੀ ਪੁੱਤ ਲਾਲੀ ਠੀਕ ਨਹੀਂ ਉਹ ਅਜ ਕੰਮ ਤੇ ਵੀ ਨਹੀਂ ਗਈ ਜੇ ਤੇਰੇ ਕੋਲ ਛੇਤੀ ਆ ਹੁੰਦਾ ਤਾਂ ਆ ਜਾ ਇਹ ਸੁਣ ਕੇ ਦੀਪਕ ਘਬਰਾ ਕੇ ਕਹਿਣ ਲੱਗਾ ਕੀ ਗੱਲ ਹੋਈ ਮੰਮੀ ਸਵੇਰੇ ਤਾਂ ਚੰਗੀ ਭਲੀ ਸੀ ਮੈਂ ਹੁਣੇ ਆਉਣਾ ਉਹਨੂੰ ਕਹੋ ਵੀ ਤਿਆਰ ਰਵੇ ਮੈਂ ਡਾਕਟਰ ਦੇ ਲੈ ਚਲਦਾ ਉਹਨੇ ਸਵੇਰ ਦਾ ਕੁਝ ਖਾਦਾ ਪੀਤਾ ਨਹੀਂ ਤੂੰ ਘਰ ਨੂੰ ਆ ਜਾ ਪੁੱਤ ਫੇਰ ਦੇਖ ਲਿਓ ਜੇ ਡਾਕਟਰ ਦੇ ਜਾਣਾ ਹੋ ਤਾ ਹਾਲਾਤ ਵਿਚਾਰਦਿਆਂ ਪ੍ਰਕਾਸ਼ ਕੌਰ ਨੇ ਕਹਿ ਕੇ ਫੋਨ ਘੱਟ ਦਿੱਤਾ 20-25 ਮਿੰਟਾਂ ਬਾਅਦ ਦੀਪੇ ਦੀ ਗੱਡੀ ਬਾਹਰ ਆ ਕੇ ਰੁਕੀ ਆਉਨਿਆਂ ਹੀ ਕਾਲੀ ਨਾਲ ਉਹ ਆਪਣੇ ਬੈੱਡਰੂਮ 'ਚ ਚਲੇ ਆ ਗਏ ਸੋਫੇ ਤੇ ਬੈਠੀ ਪ੍ਰਕਾਸ਼ ਕੌਰ ਦਾ ਇੱਕ ਵਾਰ ਜੀ ਕੀਤਾ ਉਹ ਬੂਹੇ ਨਾਲ ਕੰਨ ਲਾ ਕੇ ਧੀ ਜੁਆਈ ਦੀ ਗੱਲਬਾਤ ਸੁਣੇ ਫਿਰ ਉਹਨੂੰ ਇਹ ਹਰਕਤ ਇਖਲਾਕ ਤੋਂ ਡਿੱਗਣ ਵਾਲੀ ਲੱਗੀ ਤੇ ਚੁੱਪਚਾਪ ਸੋਫੇ ਤੇ ਬੈਠੀ ਰਹੀ ਜਦੋਂ ਦੀਪਾ ਅੰਦਰ ਵੜਿਆ ਤਾਂ ਲਾਲੀ ਕੰਬਲ ਨਾਲ ਮੂੰਹ ਸਿਰ ਲਪੇਟ ਕੇ ਪਈ ਸੀ ਉਹਨੇ ਬੂਹੇ ਪੈਰ ਪਾਉਂਦੇ ਪੁੱਛਿਆ ਕੀ ਗੱਲ ਹੋਈ ਮੇਰੇ ਲਾਲ ਗੁਲਾਲ ਨੂੰ ਸਵੇਰੇ ਤਾਂ ਠੀਕ ਸੀ ਮੇਰਾ ਲੱਡੂ ਲਾਲੀ ਨੇ ਉਹਦੀ ਗੱਲ ਦਾ ਕੋਈ ਵੀ ਜਵਾਬ ਨਾ ਦਿੱਤਾ ਦੀਪੇ ਨੇ ਬੈੱਡ ਦੇ ਨੇੜੇ ਆ ਕੇ ਉਹਨੂੰ ਹਿਲਾਇਆ ਤੇ ਆਵਾਜ਼ ਮਾਰੀ ਲਾਲੀ ਇਹ ਲਾਲੀ ਹੂੰ ਕੀ ਗੱਲ ਹੋਈ ਕੁਛ ਨਹੀਂ ਕੁਛ ਨਹੀਂ ਦਾ ਕੀ ਮਤਲਬ ਮੰਮੀ ਕਹਿੰਦੀ ਆ ਤੂੰ ਕੁਝ ਖਾਦਾ ਪੀਤਾ ਵੀ ਨਹੀਂ ਨਾਲੇ ਤੂੰ ਕੰਮ ਤੇ ਵੀ ਨਹੀਂ ਗਈ ਮੈਂ ਤੈਨੂੰ ਕਿਹਾ ਸੀ ਵੀ ਇਸ ਹਾਲੇ ਚ ਤੈਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪੈਣਾ। ਜੇ ਸਿਹਤ ਖਰਾਬ ਆ ਤਾਂ ਚੱਲ ਉੱਠ ਤੈਨੂੰ ਡਾਕਟਰ ਦੇ ਇਲਾਜ ਚੱਲਾ। ਦੀਪੇ ਨੇ ਉਹਦੇ ਮੂੰਹ ਤੋਂ ਕੰਬਲ ਖਿੱਚਦਿਆਂ ਗਿਆ। ਜਿੱਦਾਂ ਹੀ ਲਾਲੀ ਦੇ ਚਿਹਰੇ ਤੋਂ ਕੰਬਲ ਲੱਥਾ ਦੀਪਾ ਉਹਦੇ ਚਿਹਰੇ ਵੱਲ ਦੇਖਦਾ ਰਹਿ ਗਿਆ। ਉਹਨੇ ਸਹਰਾਣਾ ਰੋ ਰੋ ਕੇ ਗੜੁੱਛ ਕੀਤਾ ਹੋਇਆ ਸੀ। ਉਹਦੇ ਵਾਲ ਖਿਲਰੇ, ਚਿਹਰਾ ਮੁਰਝਾਇਆ ਹੋਇਆ ਸੀ। ਉਹਦੀਆਂ ਅੱਖਾਂ ਦੀ ਲਾਲੀ ਦੱਸ ਰਹੀ ਸੀ ਕਿ ਸਵੇਰ ਦਾ ਉਨੇ ਰੋਣ ਤੋਂ ਇਲਾਵਾ ਕੁਝ ਨਹੀਂ ਕੀਤਾ ਦੀਪੇ ਨੂੰ ਕਿਸੇ ਅਣਹੋਣੀ ਦਾ ਸ਼ੰਕਾ ਜਿਹਾ ਹੋਇਆ ਉਹਨੇ ਥੋੜੀ ਘਬਰਾਹਤ ਨਾਲ ਪੁੱਛਿਆ ਇਹ ਕੀ ਹਾਲ ਬਣਾਇਆ ਲਾਲੀ ਕੀ ਹੋਇਆ ਦੱਸਦੀ ਕਿਉਂ ਨਹੀਂ ਕਿਸੇ ਨੇ ਕੁਝ ਕਿਹਾ ਤੈਨੂੰ ਨਹੀਂ ਕਿਸੇ ਨੇ ਕੁਝ ਨਹੀਂ ਕਿਹਾ ਤੁਸੀਂ ਜਾਓ ਇੱਥੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਯਾਰ ਜੇ ਕੁਝ ਦੱਸੇਂਗੀ ਨਹੀਂ ਤਾਂ ਮੈਨੂੰ ਕਿੱਦਾਂ ਪਤਾ ਲੱਗੂ ਦੀਪੇ ਨੇ ਉਹਦੀ ਗੱਲ ਪਲੋਸਿਆ ਕਿਆ ਲਾਲੀ ਨੇ ਉਹਦਾ ਹੱਥ ਫੜ ਕੇ ਦੋਨੂੰ ਝਟਕ ਦਿੱਤਾ ਪਾਸਾ ਪਰਤ ਕੇ ਦੂਜੇ ਪਾਸੇ ਨੂੰ ਮੂੰਹ ਕਰ ਲਿਆ ਹੁਣ ਦੀਪਾ ਸਮਝ ਗਿਆ ਕਿ ਲਾਲੀ ਜ਼ਰੂਰ ਉਸੇ ਦੀ ਕਿਸੇ ਗੱਲ ਤੋਂ ਵੱਟ ਖਾ ਗਈ ਹੈ। ਉਹ ਦਿਮਾਗ ਤੇ ਜ਼ੋਰ ਪਾ ਕੇ ਸੋਚਣ ਲੱਗ ਪਿਆ ਕਿ ਸਵੇਰ ਤੋਂ ਹੁਣ ਤੱਕ ਉਸ ਕੋਲੋਂ ਜਿਆ ਕੀ ਹੋਇਆ ਜਿਨੇ ਲਾਲੀ ਨੂੰ ਇੰਨਾ ਅਪਸੈਟ ਕੀਤਾ ਹੈ। ਲਾਲੀ ਨੂੰ ਨਾ ਬੋਲਦਿਆਂ ਦੇਖ ਕੇ ਕਹਿਣ ਲੱਗਾ, "ਚਲ ਮੈਂ ਮੰਮੀ ਕੋਲੋਂ ਪੁੱਛਦਾ ਕੀ ਹੋਇਆ। ਕੋਈ ਲੋੜ ਨਹੀਂ ਮੰਮੀ ਕੋਲੋਂ ਕੁਝ ਪੁੱਛਣ ਦੀ।" ਇਹ ਕਹਿੰਦਿਆਂ ਲਾਲੀ ਨੇ ਫੇਰ ਉਸ ਵੱਲ ਮੂੰਹ ਕਰ ਲਿਆ ਤੇ ਦੀਪੇ ਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਦਿਆਂ ਕਹਿਣ ਲੱਗੀ। ਮੇਰੀ ਸੌਂਖਾ ਕੇ ਦੱਸੋ ਕਿ ਹਨੂਨ ਹਨੀਮੂਨ ਤੇ ਤੁਹਾਡੇ ਤੇ ਨਿੰਮੀ ਵਿਚਾਲੇ ਕੀ ਕੀ ਹੋਇਆ ਲਾਲੀ ਦਾ ਸਵਾਲ ਸੁਣ ਕੇ ਦੀਪੇ ਤੇ ਸੌ ਖੜੇ ਪਾਣੀ ਪੈ ਗਿਆ ਕਿਉਂ ਕੀ ਗੱਲ ਦੀਪੇ ਨੇ ਕੰਬਦੀ ਆਵਾਜ਼ ਚ ਕਿਹਾ ਤੁਸੀਂ ਗੱਲ ਛੱਡੋ ਤੇ ਮੇਰੇ ਸਵਾਲ ਦਾ ਜਵਾਬ ਦਿਓ ਲਾਲੀ ਟਿਕ ਟਿਕੇ ਲਾ ਕੇ ਉਹਦੇ ਚਿਹਰੇ ਵੱਲ ਦੇਖੀ ਜਾ ਰਹੀ ਸੀ ਉਹ ਸਮਝ ਗਿਆ ਕਿ ਉਹਦੇ ਤੇ ਨਿੰਮੀ ਵਿਚਾਲੇ ਜੋ ਹੋਇਆ ਉਹਦੀ ਸੂ ਲਾਲੀ ਨੂੰ ਲੱਗ ਗਈ ਹੈ ਹਨ ਦੀਪੇ ਕੋਲ ਲਾਲੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਉਹਨੇ ਨੀਵੀਂ ਪਾ ਲਈ ਅਗਲੇ ਕੁਝ ਪਲਾਂਚੀ ਉਹਦੀਆਂ ਅੱਖਾਂ ਚੋਂ ਨੀਰੇ ਦੇ टਪ-ਟਪ ਕੇ ਜ਼ਮੀਨ ਤੇ ਡਿੱਗਣ ਲੱਗ ਪਏ ਲਾਲੀ ਨੂੰ ਵੀ ਕੁਝ ਹੋਰ ਪੁੱਛਣ ਦੀ ਲੋੜ ਨਾ ਰਹਿ ਗਈ ਦੀਪੇ ਦੇ ਹੰਝੂਆਂ ਨੇ ਸਾਰਾ ਕੁਝ ਕਬੂਲ ਕਰ ਲਿਆ ਉਹਨੇ ਉੱਠ ਕੇ ਦੀਪੇ ਦਾ ਚਿਹਰਾ ਤਾਂ ਕੀਤਾ ਦੀਪੇ ਦੀਆਂ ਅੱਖਾਂ ਚ ਪਛਤਾਵਿਆਂ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ ਦੀਪੇ ਦੇ ਮੂੰਹੋਂ ਮਰੀ ਜੀ ਆਵਾਜ਼ ਚ ਇਨਾਂ ਹੀ ਨਿਕਲਿਆ ਆਮ ਸੌਰੀ ਲਾਲੀ ਪਲੀਜ਼ ਮੈਨੂੰ ਮਾਫ਼ ਕਰ ਦੇ ਲਾਲੀ ਨੇ ਉਹਦੀ ਛਾਤੀ ਤੇ ਹਲਕੀਆਂ-ਹਲਕੀਆਂ ਤਿੰਨ-ਚਾਰ ਮੁੱਕੀਆਂ ਮਾਰੀਆਂ ਪਿੱਛੇ ਹਟਦਿਆਂ ਧਾਅ ਮਾਰ ਕੇ ਕਿਹਾ ਤੁਸੀਂ ਮੇਰੇ ਨਾਲ ਇਹ ਕਿਉਂ ਕੀਤਾ ਦੀਪ ਮੇਰਾ ਵਿਸ਼ਵਾਸ ਕਿਉਂ ਤੋੜਿਆ ਕਿਉਂ ਤੋੜਿਆ ਦੀਪਾ ਕੁਝ ਬੋਲਣਾ ਚਾਹੁੰਦਾ ਸੀ ਪਰ ਉਹਦੀ ਜ਼ੁਬਾਨ ਉਹਦਾ ਸਾਥ ਨਹੀਂ ਦੇ ਰਹੀ ਸੀ ਹੰਝੂਆਂ ਦੀਆਂ ਨਦੀਆਂ ਦਵੱਲੀਆਂ ਵਹਿ ਤੁਰੀਆਂ ਉਹ ਕੁਝ ਦੇਰ ਇਦਾਂ ਹੀ ਬੈਠੇ ਰਹੇ ਫਿਰ ਲਾਲੀ ਮੂੰਹ ਦੂਜੇ ਪਾਸੇ ਕਰਕੇ ਲੰਮੀ ਪੈ ਗਈ ਕੁਝ ਸਿਰਵਾਦ ਉਹ ਵੀ ਲਾਲੀ ਦੇ ਬਰਾਬਰ ਲੰਮਾ ਪੈ ਗਿਆ ਹੁਣ ਸਮਝ ਚੁੱਕਾ ਸੀ ਕਿ ਲਾਲੀ ਦੀ ਭੁੱਖ ਪਿਆਸ ਕਿਉਂ ਉੜ ਗਈ ਹੈ ਫਿਰ ਉਹ ਹਿੰਮਤ ਕਰਕੇ ਕਹਿਣ ਲੱਗਾ ਲਾਲੀ ਮੈਂ ਤਾਂ ਤੇਰੇ ਕਹਿਣ ਤੇ ਹੀ ਇੰਡੀਆ ਦੀ ਟ੍ਰਿਪ ਵਾਲੇ ਤਿੰਨ ਹਫ਼ਤੇ ਆਪਣੀ ਜ਼ਿੰਦਗੀ ਚੋਂ ਮੰਨਫੀ ਕਰਕੇ ਬੇਫਿਕਰ ਹੋ ਗਿਆ ਸੀ ਪਰ ਕੀਤੇ ਹੋਏ ਗੁਨਾਹ ਕਿੱਥੋਂ ਪਿੱਛਾ ਛੱਡਦੇ ਨੇ ਤੈਨੂੰ ਇਹ ਸਾਰਾ ਕੁਝ ਕਿਹਨੇ ਦੱਸਿਆ ਲਾਲੀ ਨੀਮੀ ਦਾ ਫੋਨ ਆਇਆ ਸੀ ਤੁਹਾਡੇ ਬੱਚੇ ਦੀ ਮਾਂ ਬੜਨ ਵਾਲੀ ਹੈ ਲਾਲੀ ਨੇ ਇੱਕ ਹੋਰ ਬੰਬ ਸੁੱਟ ਦਿੱਤਾ ਹੈ ਇਹ ਕਿੱਦਾਂ ਹੋ ਸਕਦਾ ਹੈ ਦੀਪੇ ਦੇ ਮੂੰਹ ਨਿਕਲਿਆ ਕਿਉਂ ਨਹੀਂ ਹੋ ਸਕਦਾ ਅਗਲੀ ਐਲਾਨ ਕਰਕੇ ਗਈ ਆ ਭਈ ਬੱਚੇ ਦੇ ਬਾਪ ਤੁਸੀਂ ਹੋ ਲਾਲੀ ਨੇ ਮਲਾਲ ਭਰੀ ਆਵਾਜ਼ ਚ ਕਿਹਾ ਇਹ ਸੁਣ ਕੇ ਦੀਪੇ ਦੀ ਸਿੱਟੀ ਪਿੱਟੀ ਗੁੰਮ ਹੋ ਗਈ ਉਹਨੂੰ ਯਾਦ ਆਇਆ ਕਿ ਨਿਮੀ ਨਾਲ ਸੰਭੋਗ ਸਮੇਂ ਉਹਨੇ ਕਿਸੇ ਵੀ ਕਿਸਮ ਦੀ ਕੋਈ ਸਾਵਧਾਨੀ ਨਹੀਂ ਸੀ ਵਰਤੀ ਅਸਲ 'ਚ ਉਹਨੂੰ ਆਪ ਤਾਂ ਕਿਸੇ ਸਾਵਧਾਨੀ ਬਾਰੇ ਪਤਾ ਹੀ ਨਹੀਂ ਸੀ ਕਿਉਂਕਿ ਇੱਧਰ ਇਹੋ ਜੀਆਂ ਸਾਵਧਾਨੀਆਂ ਦੇ ਔੜ-ਪੌੜ ਲਾਲੀ ਕਰਿਆ ਕਰਦੀ ਸੀ ਉਹਦਾ ਕੀਤਾ ਗੁਨਾਹ ਨਿਮੀ ਦੇ ਪੇਟ 'ਚ ਫਲਣਾ ਸ਼ੁਰੂ ਹੋ ਚੁੱਕਾ ਹੈ ਇਹ ਸੋਚ ਕੇ ਉਹਦਾ ਸਰੀਰ ਝੂਠਾ ਜਾ ਪੈ ਗਿਆ ਉਹਨੂੰ ਲੱਗਾ ਕਿ ਉਹ ਬੈੱਡ ਤੇ ਨਹੀਂ ਪਿਆ ਸਕੋ ਇੱਕ ਡੁੰਗੇ ਖੂਚ ਪੁੱਠਾ ਲਟਕ ਰਿਹਾ ਹੈ ਇਸ ਮਗਰੋਂ ਉਹਦੇ ਮੂੰਹੋਂ ਕੋਈ ਹੋਰ ਗੱਲ ਨਾ ਨਿਕਲੀ ਲਾਲੀ ਨੂੰ ਲੱਗ ਰਿਆ ਸੀ ਕਿ ਉਹਦੀ ਭੈਣ ਨੇ ਬੜੀ ਚਲਾਕੀ ਨਾਲ ਉਹਦਾ ਪਤੀ ਖੋਲਿਆ ਉਹਨੂੰ ਆਪਣੇ ਕੀਤੇ ਤੇ ਅੰਤਾਂ ਦਾ ਪਛਤਾਵਾ ਹੋ ਰਿਹਾ ਸੀ ਉਹਨੇ ਖੁਦ ਦੀਪੇ ਨੂੰ ਜ਼ੋਰ ਪਾ ਕੇ ਹਣੀਮੋਨ ਤੇ ਜਾਣ ਲਈ ਤਿਆਰ ਕੀਤਾ ਤੇ ਇਹ ਸੋਚ ਕੇ ਬੇਫਿਕਰ ਹੋ ਗਈ ਕਿ ਰਾਣੂ ਵੀ ਉਹਨਾਂ ਦੇ ਨਾਲ ਜਾ ਰਹੀ ਹੈ ਰਾਣੂ ਦੇ ਸਾਥ ਤੇ ਭਰੋਸਾ ਕਰਨਾ ਉਹਦੀ ਬਹੁਤ ਵੱਡੀ ਗਲਤੀ ਸੀ ਰਾਣੂ ਤਾਂ ਪਹਿਲੇ ਦਿਨ ਤੋਂ ਹੀ ਨਿੰਮੀ ਦੀ ਰਾਜਦਾਰ ਰਹੀ ਹੈ ਇਹ ਕਾਂਡ ਉਹਨਾਂ ਦੋਹਾਂ ਦੇ ਮਿਲੀ ਭੁਗਤ ਨਾਲ ਹੀ ਪਰਵਾਣ ਚੜਿਆ ਹੋਣਾ ਹੈ ਦੀਪੇ ਨੇ ਤਾਂ ਬਥੇਰਾ ਰੌਲਾ ਪਾਇਆ ਸੀ ਕਿ ਰਾਣੂ ਉਹਨਾਂ ਨੂੰ ਬਹੁਤ ਹੀ ਪੁੱਠੇ ਸਿੱਧੇ ਪੋਜ਼ ਬਣਾ ਬਣਾ ਕੇ ਫੋਟੋਆਂ ਖਿਚਾਉਣ ਲਈ ਕਹਿੰਦੀ ਹੈ ਪਰ ਉਦੋਂ ਲਾਲੀ ਨੇ ਗੱਲ ਨਾ ਗੋਲੀ ਉਹਦੀ ਭੈਣ ਨੇ ਜੋ ਵੀ ਕੀਤਾ ਬੜੀ ਚਤਰਾਈ ਨਾਲ ਉਹਦੀ ਸਹੀ ਪੁਆ ਕੇ ਕੀਤਾ ਇਧਰ ਦੀਪਾ ਸੋਚ ਰਿਆ ਸੀ ਕਿ ਜਿਹੜੇ ਗੁਸਤਾਖ ਪਲ ਉਹਨੇ ਆਪਣੇ ਵੱਲੋਂ ਡੂੰਘੇ ਦਫ਼ਨ ਕਰ ਦਿੱਤੇ ਸਨ ਉਹਨਾਂ ਹੀ ਪਲਾਂ ਨੇ ਸਮੇਂ ਦੇ ਗਰਭ ਚੋਂ ਨਿਕਲ ਕੇ ਉਹਦੀ ਜ਼ਿੰਦਗੀ 'ਚ ਕਹਰਾਮ ਮਚਾ ਦਿੱਤਾ ਸੀ ਸੋਚਣ ਲੱਗ ਗਿਆ ਕਿ ਨਿੰਮੀ ਤਾਂ ਕਹਿੰਦੀ ਸੀ ਵੀ ਜੇ ਕਿਤੇ ਗੱਲ ਸਾਹਮਣੇ ਆ ਵੀ ਗਈ ਤਾਂ ਉਹ ਸਾਰਾ ਦੋਸ਼ ਆਪਣੇ ਤੇ ਲੈ ਲੇਗੀ ਫਿਰ ਉਹਨੇ ਇਹ ਕਿਉਂ ਕਿਹਾ ਕਿ ਮੇਰੇ ਪੇਟ ਵਿੱਚ ਦੀਪ ਦਾ ਬੱਚਾ ਹੈ ਉਹਨੂੰ ਨਿੰਮੀ ਤੇ ਬੇहद ਗੁੱਸਾ ਆ ਰਿਹਾ ਸੀ ਇਦਾਂ ਉਹ ਦੋਵੇਂ ਬੈੱਡ ਤੇ ਪਏ ਆਪੋ ਆਪਣੇ ਤਾਣੇ ਬਾਣੇ ਚੁਲਝੇ ਰਹੇ। ਸ਼ਾਮ ਦੇ 5:30 ਵਜੇ ਪ੍ਰਕਾਸ਼ ਕਰਨੀ ਬੁਆ ਖੜਕਾਇਆ ਤਾਂ ਦੀਪੇ ਨੇ ਉੱਠ ਕੇ ਦਰਵਾਜ਼ਾ ਖੋਲਿਆ। ਦੀਪੇ ਦੀਆਂ ਅੱਖਾਂ ਵੱਲ ਵੇਖ ਕੇ ਪ੍ਰਕਾਸ਼ ਕਰਨ ਨੇ ਅੰਦਾਜ਼ਾ ਲਾ ਲਿਆ ਕਿ ਅੰਦਰ ਕੀ ਤੂਫਾਨ ਆ ਕੇ ਘਟਿਆ ਹੈ। ਉਹਨੇ ਬੜੇ ਪਿਆਰ ਨਾਲ ਦੀਪੇ ਨੂੰ ਕਿਹਾ ਪੁੱਤ ਮੈਂ ਰੋਟੀ ਲਾਉਣ ਲੱਗੀ ਹਾਂ। ਲਾਲੀ ਨੂੰ ਵੀ ਬਾਹਰ ਲਿਆ। ਤੁਹਾਡਾ ਡੈਡੀ ਵੀ ਛੁੱਟੀ ਕਰਕੇ ਕੰਮ ਤੋਂ ਆ ਗਿਆ। ਰੋਟੀ ਖਾ ਕੇ ਆਪਾਂ ਇੰਡੀਆ ਨਿਮੀ ਨੂੰ ਫੋਨ ਲਾਉਣੇ ਆਂ। ਬਹਿ ਕੇ ਕੋਈ ਹੱਲ ਲੱਭਨੇ ਆਂ। ਦੀਪ ਨੇ ਵਾਸ਼ਰੂਮ ਚ ਜਾ ਕੇ ਹੱਥ ਮੂੰਹ ਧੋਤਾ ਤੇ ਫਿਰ ਲਾਲੀ ਨੂੰ ਉਟਕੇ ਬਾਹਰ ਆਉਣ ਲੱਗਿਆ ਪਰ ਲਾਲੀ ਨੇ ਹੰਗਾਰਾ ਨਾ ਦਿੱਤਾ ਕੁਝ ਸੋਚ ਕੇ ਦੀਪਾ ਬਾਹਰ ਆ ਗਿਆ ਉਹਨੇ ਪ੍ਰਕਾਸ਼ ਕੌਰ ਨੂੰ ਕਿਹਾ ਮੰਮੀ ਉਹ ਮੇਰੇ ਕਹੇ ਨਹੀਂ ਆਉਂਦੀ ਤੁਸੀਂ ਆਪ ਉਠਾ ਲਿਓ ਇਸ ਮਗਰੋਂ ਦੋਵੇਂ ਬਜ਼ੁਰਗ ਅੰਦਰ ਜਾ ਕੇ ਲਾਲੀ ਨੂੰ ਸਮਝਾ ਬੁਝਾ ਕੇ ਬਾਹਰ ਲਿਆਏ ਦੀਪਾ ਤੇ ਲਾਲੀ ਬਾਹਰ ਸੋਫੇ ਤੇ ਬੈਠੇ ਸੀ ਤੇ ਪ੍ਰਕਾਸ਼ ਕੌਰ ਰੋਟੀਆਂ ਲਾ ਰਹੀ ਸੀ ਕੋਈ ਕੁਝ ਵੀ ਨਹੀਂ ਸੀ ਬੋਲ ਰਿਹਾ ਆਖਰ ਪ੍ਰਕਾਸ਼ ਕੌਰ ਨੇ ਚੁੱਪ ਤੋੜਦਿਆਂ ਕਿਹਾ ਦੀਪੇ ਪੁੱਤ ਘੜੀ ਦਾ ਖੁੰਝਿਆ ਬੰਦਾ ਸੌ ਕੋਹ ਤੇ ਜਾ ਪੈਂਦਾ ਜੇ ਉਹ ਕਮਲੀ ਸੀ ਤਾਂ ਤੂੰ ਹੀ ਅਕਲ ਕਰ ਲੰਦਾ ਸਵੇਰ ਦਾ ਲਹੂ ਸੁੱਕਾ ਪਿਆ ਸਾਰੇ ਟੱਬਰ ਦਾ ਦੀਪੇ ਨੇ ਨੀਵੀਂ ਪਾਈ ਰੱਖੀ ਤੇ ਉਹਦੇ ਮੂੰਹੋਂ ਬਸ ਇੰਨਾ ਹੀ ਸਰਿਆ ਹਾਂਜੀ ਮੰਮੀ ਤੁਸੀਂ ਠੀਕ ਕਹਿੰਦੇ ਮੇਰੀ ਮੱਤ ਮਾਰੀ ਗਈ ਸੀ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਮਾਂ ਦੇ ਬਹੁਤ ਜ਼ੋਰ ਲਾਉਣ ਤੇ ਲਾਲੀ ਨੇ ਤੱਕ ਧੁੱਕ ਕੇ ਇੱਕ ਰੋਟੀ ਗਲੇ ਤੋਂ ਗਾਂ ਲੰਗਾਈ ਦੀਪੇ ਕੋਲੋਂ ਵੀ ਮਸੀਨ 2-4 ਬੁਰਕੀਆਂ ਖਾ ਹੋਈਆਂ 6:30 ਵਜੇ ਪ੍ਰਕਾਸ਼ ਕੌਰ ਨੇ ਘਰ ਵਾਲੇ ਫੋਨ ਤੋਂ ਨਿੰਮੀ ਨੂੰ ਫੋਨ ਲਾਇਆ ਸਪੀਕਰ ਤੇ ਲਾ ਕੇ ਸਾਰਿਆਂ ਵਿਚਾਲੇ ਰੱਖ ਦਿੱਤਾ ਜਦੋਂ ਨਿੰਮੀ ਨੇ ਫੋਨ ਚੁੱਕਿਆ ਪ੍ਰਕਾਸ਼ ਕੌਰ ਨੇ ਗੱਲ ਸ਼ੁਰੂ ਕੀਤੀ ਕੁੜੀਏ ਹੁਣ ਸਾਰੇ ਜਣੇ ਇੱਥੇ ਬੈਠੇ ਆ ਫੋਨ ਸਪੀਕਰ ਤੇ ਲੱਗਾ ਹੋਇਆ ਹੁਣ ਦੱਸ ਪਈ ਕਿਉਂ ਕੀਤਾ ਤੇ ਅੱਗੇ ਤੇਰਾ ਕੀ ਰੰਦਾ ਮਮੀ ਲਾਲੀ ਵੀ ਇੱਥੇ ਹੀ ਹੈ ਨਿੰਮੀ ਨੇ ਪੈਂਦੀ ਸੱਟੇ ਪੁੱਛਿਆ ਹਾਂ ਇੱਥੇ ਹੀ ਹੈ ਕੁੜੀ ਨੇ ਸਵੇਰ ਦੇ ਰੋ ਰੋ ਕੇ ਦੀਦੇ ਸੁਜਾਏ ਪਏ ਆ ਪ੍ਰਕਾਸ਼ ਕੌਰ ਨੇ ਕਿਹਾ ਲਾਲੀ ਪਲੀਜ਼ ਮੈਨੂੰ ਮਾਫ ਕਰ ਦੇ ਇਸ ਸਾਰਾ ਕੁਝ ਮੈਂ ਇੱਕ ਇਮੀਗ੍ਰੇਸ਼ਨ ਏਜੰਟ ਦੇ ਕਹਿਣ ਤੇ ਕੀਤਾ ਹੈ ਉਹ ਕਹਿੰਦਾ ਸੀ ਵੀ ਜੇ ਤੂੰ ਪ੍ਰੈਗਨੈਂਟ ਹੋ ਜਾਏ ਤਾਂ ਤੇਰਾ ਵੀਜ਼ਾ ਪੱਕਾ ਲੱਗ ਜਾਣਾ ਨਹੀਂ ਤਾਂ ਤੁਹਾਡੇ ਕੇਸ ਤੇ ਸ਼ਾਇਦ ਵੀਜ਼ਾ ਨਾ ਲੱਗੇ ਨਾਲੇ ਸੱਚ ਇਹਦੇ 'ਚ ਦੀਪ ਦਾ ਕੋਈ ਕਸੂਰ ਨਹੀਂ ਮੈਂ ਹੀ ਉਹਨਾਂ ਨੂੰ ਠੰਡ ਤੇ ਮੌਸਮ ਦੇ ਪੱਜ ਨਾਲ ਸ਼ਰਾਬ ਪੀਣ ਲਈ ਉਕਸਾਇਆ ਸੀ ਫਿਰ ਤੈਨੂੰ ਪਤਾ ਹੈ ਸ਼ਰਾਬ ਦੇ ਨਸ਼ੇ 'ਚ ਬੰਦੇ ਛੇਤੀ ਬਹਿ ਗ ਜਾਂਦੇ ਇਹ ਤਾਂ ਵਿਚਾਰੇ ਮੇਰੇ ਨਾਲ ਪਏ ਵੀ ਤੇਰਾ ਹੀ ਨਾਂ ਲੈਂਦੇ ਰਹੇ ਇਹ ਤੈਨੂੰ ਬਹੁਤ ਪਿਆਰ ਕਰਦੇ ਆ ਇਹਨਾਂ ਨੂੰ ਕੁਝ ਨਾ ਕਹੀਂ ਨਿੰਮੀ ਪਲੀਜ਼ ਕਿਸੇ ਡਾਕਟਰ ਕੋਲ ਜਾ ਤੇ ਅਬੋਰਸ਼ਨ ਕਰਾ ਦੇ ਵੀਜ਼ਾ ਤੇਰਾ ਉਦਾਂ ਵੀ ਲੱਗ ਹੀ ਜਾਣਾ ਦੀਪੇ ਨੇ ਕਾਲੀ ਨਾਲ ਕਿਹਾ ਨਹੀਂ ਦੀਪੇ ਦਾ ਨਾ ਖੋ ਪਲੀਜ਼ ਇਹ ਬੱਚਾ ਮੇਰਾ ਹਿੱਸਾ ਹੈ ਮੈਂ ਇਹਨੂੰ ਜਨਮ ਦੇਵਾਂਗੀ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਤੁਸੀਂ ਲਾਲੀ ਨਾਲ ਆਪਣੇ ਘਰ ਖੁਸ਼ ਰਹੋ ਦੂਜੇ ਪਾਸੇ ਨਿੰਮੀ ਨੇ ਤਰਲਾ ਪਾਇਆ ਕੁੜੀਏ ਤੂੰ ਰਿਸ਼ਤੇਦਾਰਾਂ ਚ ਸਾਡੀ ਨੱਕ ਵਢਾਉਣੀ ਆ ਨਾ ਤੈਨੂੰ ਉਸ ਇਮੀਗ੍ਰੇਸ਼ਨ ਵਾਲੇ ਤੇ ਬਾਲਾ ਯਕੀਨ ਆ ਤੇ ਅਸੀਂ ਜਿਹੜੇ ਇੱਧਰ ਬੈਠੇ ਆ ਅਸੀਂ ਤੇਰੇ ਦੁਸ਼ਮਣ ਆ ਭਲਾ ਪਹਿਲੀ ਵਾਰ ਪ੍ਰੇਮ ਸਿੰਘ ਨੇ ਕਿਹਾ ਕਿਹੜੇ ਰਿਸ਼ਤੇਦਾਰਾਂ ਦੀ ਗੱਲ ਕਰਦੇ ਹੋ ਡੈਡੀ? ਅੱਜ ਕੱਲ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਂ ਕਿਹੜਾ ਕੋਈ ਤੁਰੀ ਰਹਨੀ ਆ ਰਿਸ਼ਤੇਦਾਰਾਂ ਦੇ? ਇੱਥੇ ਦਿਆਲਪੁਰ ਸਭ ਨੂੰ ਪਤਾ ਹੈ ਕਿ ਮੇਰਾ ਵਿਆਹ ਹੋਇਆ ਤੇ ਮੇਰੇ ਘਰ ਵਾਲਾ ਕੈਨੇਡਾ ਤੋਂ ਆਇਆ ਸੀ। ਇੱਥੇ ਕਿਸੇ ਨੇ ਕੁਝ ਨਹੀਂ ਕਹਿਣਾ। ਹਾਂ ਇੱਥੇ ਆ ਕੇ ਮੈਂ ਆਪੇ ਆਪਣਾ ਬੱਚਾ ਪਾਲ ਲਵਾਂ। ਤੁਸੀਂ ਸਾਰੇ ਸਮਝਦੇ ਕਿਉਂ ਨਹੀਂ? ਮੇਰੇ ਅੰਦਰ ਮਾਂ ਦਾ ਦਿਲ ਹੈ। ਮੈਂ ਗਰਭਪਾਤ ਨਹੀਂ ਕਰਾ ਸਕਦੀ। ਮੈਨੂੰ ਪਾਪ ਕਰਨ ਲਈ ਮਜਬੂਰ ਨਾ ਕਰੋ। ਨਿੰਮੀ ਨੇ ਜ਼ਿੱਦ ਨਾਲ ਕਿਹਾ। ਕੁੜੀਏ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ। ਕੱਲ ਨੂੰ ਤੇਰਾ ਕਿਤੇ ਵਿਆਹ ਕਰਨਾ ਹੋਇਆ ਤਾਂ ਕੌਣ ਤੈਨੂੰ ਬੱਚੇ ਸਮੇਤ ਅਪਣਾਊ ਪ੍ਰਕਾਸ਼ कौर ਨੇ ਅਗਲੀ ਗੱਲ ਕੀਤੀ ਮੰਮੀ ਬੱਚੇ ਸਮੇਤ ਅਪਣਾਉਣ ਵਾਲਾ ਵੀ ਟੱਕਰ ਜਾਊ ਕੋਈ ਜੇ ਨਾ ਵੀ ਟੱਕਰਿਆ ਤਾਂ ਮੈਂ ਇਸ ਬੱਚੇ ਨੂੰ ਪਾਲ ਕੇ ਇਹਦੇ ਸਹਾਰੇ ਉਮਰ ਕੱਢ ਲਵਾਂ ਕੈਨੇਡਾ 'ਚ ਸਰਕਾਰ ਬਥੇਰੀ ਮਦਦ ਕਰ ਦਿੰਦੀ ਐ ਤੁਸੀਂ ਸਾਰੇ ਰਲ ਕੇ ਕਿਉਂ ਮੇਰੇ ਕੋਲੋਂ ਕਤਲ ਕਰਾਉਣ ਤੇ ਤੁਲੇ ਹੋ ਮੰਮੀ ਤੁਸੀਂ ਔਰਤ ਹੋ ਕੇ ਵੀ ਮੇਰਾ ਦਰਦ ਨਹੀਂ ਸਮਝਦੇ ਨਿੰਮੀ ਨੇ ਰੋਣ ਹਾਕੀ ਆਵਾਜ਼ ਚ ਕਿਹਾ ਹੁਣ ਕਿਸੇ ਨੂੰ ਵੀ ਕੋਈ ਗੱਲ ਨਹੀਂ ਸੀ ਆ ਰਹੀ ਸਾਰੇ ਇੱਕ ਦੂਜੇ ਦੇ ਮੂੰਹ ਹਾਲ ਦੇਖਣ ਲੱਗ ਪਏ। ਇਸ ਵਾਰ ਲਾਲੀ ਨੇ ਅੱਗੇ ਹੋ ਕੇ 부ਜੀਜੀ ਆਵਾਜ਼ ਚੁੱਕਿਆ ਤੁਸੀਂ ਮੇਰੇ ਨਾਲ ਚੰਗੀ ਨਹੀਂ ਕੀਤੀ ਦੀਦੀ। ਮੇਰਾ ਵਿਸ਼ਵਾਸ ਤੋੜ ਕੇ ਬਹੁਤ ਮਾੜਾ ਕੀਤਾ ਤੁਸੀਂ। ਸ਼ਾਇਦ ਮੈਂ ਤੁਹਾਨੂੰ ਤੇ ਦੀਪ ਨੂੰ ਕਦੇ ਮਾਫ਼ ਨਹੀਂ ਕਰ ਸਕਾਂਗੀ। ਲਾਲੀ ਪਲੀਜ਼ ਮੈਨੂੰ ਮਾਫ਼ ਕਰ ਦੇ। ਮੈਂ ਸੱਚੀ ਸਵਾਰਥੀ ਹੋ ਗਈ। ਮੇਰੀ ਖੁਦਗਰਜ਼ੀ ਨੇ ਮੇਰੇ ਕੋਲੋਂ ਇਹ ਗੁਨਾਹ ਕਰਾਇਆ। ਕੀ ਕਰਾਂ? ਤੁਹਾਡੇ ਸਭ ਦੇ ਚਲੇ ਜਾਣ ਮਗਰੋਂ ਮੇਰੇ ਕੋਲ ਇੱਕ ਕਲਾਪਾ ਚੱਲ ਨਹੀਂ ਸੀ ਹੋ ਰਿਹਾ। ਮੈਂ ਇਮੀਗ੍ਰੇਸ਼ਨ ਵਾਲੇ ਦੀਆਂ ਗੱਲਾਂ ਚਾਕੇ ਕਦਮ ਉਠਾ ਬੈਠੀ ਪਲੀਜ਼ ਮੈਨੂੰ ਮਾਫ਼ ਕਰ ਦੇ ਤੂੰ ਤਾਂ ਔਰਤ ਹੈ ਲਾਲੀ ਤੇਰੇ ਅੰਦਰ ਵੀ ਤਾਂ ਇੱਕ ਜੀ ਪਲ ਰਿਹਾ ਜ਼ਰਾ ਸੋਚ ਕੇ ਦੇ ਜੇ ਤੈਨੂੰ ਇਹ ਜੀ ਤਿਆਗਣਾ ਪਵੇ ਤੇਰੇ ਤੇ ਕੀ ਬੀਤੂ ਪਲੀਜ਼ ਭੈਣ ਭੈਣ ਬਣ ਕੇ ਬੱਚਾ ਮੇਰੀ ਝੋਲੀ ਚ ਆ ਲੈਣ ਦੇ ਮੈਂ ਤੇਰੇ ਤੋਂ ਕਦੇ ਹੋਰ ਕੁਝ ਨਹੀਂ ਮੰਗਦੀ ਨਿੰਮੀ ਦੇ ਤਰਲਿਆਂ ਤੇ ਨੇ ਲਾਲੀ ਨੂੰ ਬੋਲਣ ਜੋਗੀ ਨਾ ਛੱਡਿਆ ਫਿਰ ਕਿੰਨਾ ਚਿਰ ਕੋਈ ਕੁਝ ਨਾ ਬੋਲਿਆ ਹੈਲੋ ਕੋਈ ਕੁਝ ਬੋਲਦਾ ਕਿਉਂ ਨਹੀਂ ਹੈਲੋ ਨਿੰਮੀ ਨੇ ਦੂਜੇ ਪਾਸੇੋਂ ਕਿਹਾ ਕੀ ਬੋਲੀਏ ਅਸੀਂ ਕੁੜੀ ਤੂੰ ਕੁਝ ਬੋਲਣ ਜੋਗੇ ਛੱਡਿਆ ਹੀ ਨਹੀਂ ਪ੍ਰਕਾਸ਼ ਕੌਰ ਨੇ ਬੇਵਸੀ ਨਾਲ ਕਿਹਾ ਮੰਮੀ ਤੁਸੀਂ ਮੇਰੀ ਫਿਕਰ ਨਾ ਕਰੋ ਤੁਸੀਂ ਲਾਲੀ ਦਾ ਖਿਆਲ ਰੱਖੋ ਇਹ ਕਹਿੰਦੇ ਆਂ ਇੱਧਰ ਨਿੰਮੀ ਦੇ ਬੁੱਲਾਂ ਤੇ ਜੇਤੂ ਮੁਸਕਾਨ ਆ ਗਈ ਉਹਨੇ ਸਾਰੇ ਕਾਂਡ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਕੇ ਦੀਪੇ ਨੂੰ ਇਸ ਲਈ ਸਾਫ਼ ਬਰੀ ਕਰ ਦਿੱਤਾ ਕਿ ਕਿਦਰ ਦੀਪਾ ਉਹਦਾ ਕੇਸ ਹੀ ਕੈਨਸਲ ਨਾ ਕਰਾ ਦੇਵੇ ਧੰਨਵਾਦ ਚਲ